ਅੱਜ ਮੁੰਬਈ ਦੇ ਦਾ ਵਰਲਡ ਟ੍ਰੇਡ ਸੈਂਟਰ ਮੇਨ ਹੈਲਥ ਹੰਟ ਨੇ ਇੰਡੀਆਜ਼ ਬਿਗ ਹੈਲਥ ਸ਼ੋਅ ਦਾ ਆਯੋਜਨ ਕੀਤਾ। ਇਸ ਮੌਕੇ ਤੇ ਨਜ਼ਰ ਆਏ ਬਾਲੀਵੁੱਡ ਦੀ ਸੈਲੀਬ੍ਰਿਟੀ ਸੋਨਾਕਸ਼ੀ ਸਿਨਹਾ ਤੇ ਕਨਿਕਾ ਕਪੂਰ। ਬਾਲੀਵੁੱਡ ਐਕਟਰੈਸ ਸ਼ਰੂਤੀ ਸੇਠ ਤੇ ਗੁਲਪਨਾਗ ਨੇ ਆਰਗੇਨਾਈਜ਼ ਕੀਤਾ ਫੈਸਟੀਵਲ ਬੋਸ ਲੇਡੀ। ਤੁਹਾਨੂੰ ਦੱਸ ਦਈਏ ਕਿ ਇਸ ਫੈਸਟੀਵਲ ਨੂੰ ਅਰੇਂਜ ਕਰਨ ਦਾ ਮੇਨ ਮੋਟਿਵ ਹੈ ਬੋਸ ਲੇਡੀਜ਼ ਨੂੰ ਸਨਮਾਨਿਤ ਕਰਨਾ, ਯਾਨੀ ਕਿ ਉਹਨਾਂ ਔਰਤਾਂ ਨੂੰ ਸਨਮਾਨਿਤ ਕਰਨਾ ਜਿਨ੍ਹਾਂ ਨੇ ਅਜਿਹਾ ਕੁਝ ਕੀਤਾ ਹੈ ਜੋ ਕੋਈ ਹੋਰ ਆਮ ਇਨਸਾਨ ਨਹੀਂ ਕਰ ਸਕਦਾ। ਅਭਿਸ਼ੇਕ ਤੇ ਐਸ਼ਵਰਿਆ ਰਾਏ ਬੱਚਨ ਦੀ ਧੀ ਅਰਾਧਿਆ ਬੱਚਨ ਦਾ ਜਨਮ ਦਿਨ ਮੁੰਬਈ ਵਿੱਚ ਸੈਲੀਬ੍ਰੇਟ ਕੀਤਾ ਗਿਆ। ਇਸ ਮੌਕੇ ਨਜ਼ਰ ਆਏ ਸਟਾਰ ਕਿਡਸ ਜੋ ਲੈ ਕੇ ਆਏ ਸੀ ਸੋਹਣੇ ਸੋਹਣੇ ਤੋਹਫੇ। ਪ੍ਰੀਤੀ ਜਿੰਟਾ ਦੀ ਅਪਕਮਿੰਗ ਫਿਲਮ ਭਈਆ ਜੀ ਸੁਪਰ ਹਿੱਟ ਜਲਦ ਹੀ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ। ਇਸ ਮੌਕੇ ਤੇ ਪ੍ਰੀਤੀ ਜਿੰਟਾ ਅੱਜ ਮੁੰਬਈ ਵਿੱਚ ਮੀਡੀਆ ਨਾਲ ਗੱਲਾਂ ਬਾਤਾਂ ਕਰਦੀ ਨਜ਼ਰ ਆਈ ਅਤੇ ਫਿਲਮ ਭਈਆ ਜੀ ਸੁਪਰ ਹਿੱਟ ਨੂੰ ਲੈ ਕੇ ਬਹੁਤ ਐਕਸਾਈਟਿਡ ਲੱਗੀ। ਅਦਾਕਾਰ ਜੌਨ ਅਬਰਾਹਿਮ ਨੇ ਮੁੰਬਈ ਦੇ ਬਾਂਦਰਾ ਸਥਿਤ ਆਪਣੇ ਆਫਿਸ ਵਿੱਚ ਰੱਖੀ ਸੈਟਰਡੇ ਨਾਈਟ ਪਾਰਟੀ, ਜਿੱਥੇ ਨਜ਼ਰ ਆਏ ਕਈ ਸਾਰੇ ਸੈਲੇਬਸ।